ਜਿਹੜਾ ਇਹ ਲਗਭਗ 2 ਦਹਾਕਿਆਂ ਤੋਂ ਲਗਾਤਾਰ ਇੱਕੋ ਹੀ ਚੈਨਲ ਪ੍ਰਚਾਰ ਕਰ ਰਿਹਾ, ਇਹਦੇ ਵਾਸਤੇ ਕੋਈ ਓਪਨ ਟੈਂਡਰ ਦਿੱਤਾ ਜਾਂਦਾ ਹੈ, ਹੋਰ ਚੈਨਲਾਂ ਨੂੰ ਹੁਣ ਤੱਕ ਕਿਉਂ ਨਹੀਂ ਦਿੱਤਾ ਗਿਆ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਕਸਦ ਨਾਲ ਬਣਾਈ ਗਈ ਸੀ ਕਿ ਜਿਹੜੇ ਗੁਰਦੁਆਰੇ ਉਹਨਾਂ ਦਾ ਪ੍ਰਬੰਧ ਚੰਗਾ ਹੋ ਸਕੇ। ਦੂਜਿਆਂ ਨੂੰ ਤਾਂ ਅਸੀਂ ਕਹਿੰਦੇ ਹਾਂ, ਸਟੇਜਾਂ 'ਤੇ ਖੜ੍ਹੇ ਹੋ ਕੇ ਸੰਘਰਸ਼ ਵੀ ਕਰਦੇ ਹਾਂ, ਕਈ ਕੁਛ ਕਰਦੇ ਹਾਂ, ਪਰ ਕਦੀ ਅਸੀਂ ਆਪਣੇ 'ਚ ਝਾਤ ਮਾਰ ਕੇ ਵੀ ਵੇਖਿਆ ਕਿ ਅਸੀਂ ਕੀ ਕਰਦੇ ਹਾਂ? ਅੱਜ ਕਰ ਸੀ ਜਿਹੜਾ ਹੁਣ ਤੁਰਦਾ ਬਣਿਆ ਪ੍ਰਕਾਸ਼ ਸਿੰਘ ਬਾਦਲ, ਇਹਨੇ ਜੋ ਬੇੜਾ ਗਰਕ ਕੀਤਾ ਸ਼੍ਰੋਮਣੀ ਕਮੇਟੀ ਦਾ, ਇਹਦੇ ਇੱਕ ਨਹੀਂ ਪਤਾ ਨਹੀਂ ਕਿੰਨੇ ਕੁ ਕਿੱਸੇ ਮੈਂ ਪਹਿਲਾਂ ਵੀ ਵੀਡੀਓ ਬਣਾ ਚੁੱਕਾ। ਇਹਦੇ ਵਿੱਚ ਜਿਹੜਾ ਸੈਕਟਰੀ ਇੱਥੇ ਜਿਹੜਾ ਇਹਨਾਂ ਦਾ SCPC ਦਾ ਦਫ਼ਤਰ ਹੈ, ਉਹ ਬੜਾ ਤਿੜਕਿਆ ਸੀ। ਮੈਂ ਫਿਰ ਉਹਨੂੰ ਓਪਨ ਚਿੱਠੀ ਲਿਖੀ SCPC, ਮੈਂ ਕਿਹਾ ਜੀ ਫਿਰ ਨਾਲ ਵੀਡੀਓ 'ਚ ਵੀ ਕਿਹਾ ਕਿ ਜੇ ਜ਼ਰੂਰਤ ਹੈ ਡਾਕੂਮੈਂਟ ਲੈ ਕੇ ਮੇਰੇ ਕੋਲ ਆ ਜਾਓ, ਮੈਂ ਡਾਕੂਮੈਂਟ 'ਤੇ ਗੱਲ ਕਰੂੰਗਾ ਕਿ ਜਿਹੜਾ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਹੁੰਦਾ ਇਹਨੂੰ ਅਸੀਂ ਕਮਰਸ਼ੀਅਲ ਅਦਾਰਾ ਵਪਾਰਕ ਅਦਾਰਾ ਨਹੀਂ ਬਣਾ ਸਕਦੇ। ਉਹ ਉੱਥੇ ਕਿਸ਼ੋਰ ਮੋਤਿਆਨੀ ਜੀ ਦੀ ਮਾਲਕੀ ਵਾਲਾ ਪੰਜਾਬੀ ਚੈਨਲ ਸੀ ਇੱਕ, ਅੱਛਾ ਉਹਨੂੰ ਦਿੱਤਾ ਗਿਆ ਇੱਕ 15 ਅਕਤੂਬਰ 1999। ਇਹ ਤਾਂ ਬੜਾ ਵੱਡਾ ਕਤਲੇ ਹੈ ਜਿਹੜੇ ਪਬਲਿਕ ਦੇ ਸਾਹਮਣੇ ਨਹੀਂ ਆਉਣ ਦਿੰਦੇ। ਬੀਬੀ ਜਗੀਰ ਕੌਰ ਨੇ ਇਹਨੂੰ ਬਦਲ ਸਕ, ਉਹ ਕਮੇਟੀ ਦੀ ਗੱਲ ਛੱਡ ਦਿਓ, ਉਹਨੇ ਕਹਿਤਾ ਕਿ ਸਮਝੌਤਾ ਹੁਣ 11 ਸਾਲ ਵਾਸਤੇ ਰਹੇਗਾ। 11 ਲੱਖ ਰੁਪਇਆ ਦੇ ਕੇ ਨਵੀਂ ਇੱਕ ਅਰਦਾਸੇ ਕਰਾ ਤਾ ਵੀ 1.5 ਕਰੋੜ ਰੁਪਇਆ ਤੁਸੀਂ ਸਾਨੂੰ ਮਾਫ਼ ਕਰ ਦਿਓ, 11 ਲੱਖ ਨਹੀਂ ਉਹ 1.5 ਕਰੋੜ ਦਾ ਕੀਤਾ ਹੋਇਆ, 70 ਕਰੋੜ ਰੁਪਇਆ ਐਡਵਰਟਾਈਜ਼ਮੈਂਟ ਦਾ ਚੈਨਲ ਨੂੰ ਆਉਂਦਾ ਸੀ ਕਿ ਜਿਹਦੇ 'ਚੋਂ 10% SCPC ਨੂੰ ਦੇਣਾ ਸੀ, 7 ਕਰੋੜ ਰੁਪਏ। ਹੁਣ ਤੁਸੀਂ ਮੈਨੂੰ ਦੱਸੋ ਜੀ ਗੁਰਬਾਣੀ ਨੂੰ ਖਰੀਦ ਸਕਦਾ ਕੋਈ? ਇਹ ਮਾਲਕ ਬਣ ਗਏ ਚੈਨਲ ਵਾਲੇ ਕਿ ਤੁਸੀਂ ਹੋਰ ਕੋਈ ਚੈਨਲ ਵਾਲਾ ਨਹੀਂ ਆ ਸਕਦਾ। ਔਰ ਉਹਦੇ ਇਵਜ ਦੇ ਵਿੱਚੋਂ ਆਹ ਜੋ ਚਾਰਟ ਇਹ ਸਾਰੀ ਸੰਗਤ ਨੂੰ ਵਿਖਾ ਦਿਓ, ਪਲਾਟ ਨੰਬਰ 1 ਅਤੇ ਸੈਕਟਰ 28 ਚੰਡੀਗੜ੍ਹ, ਸ਼੍ਰੀ ਗੁਰੂ ਗ੍ਰੰਥ ਉੱਥੋਂ ਮਿਲ ਸਕਦੇ, ਗੁਰੂ ਗ੍ਰੰਥ ਸਾਹਿਬ ਭਵਨ ਚੰਡੀਗੜ੍ਹ ਵਿੱਚ 28 ਸੈਕਟਰ, ਉਹਨਾਂ ਵੱਲੋਂ ਛਪਾਈ ਗਈ ਹੈ ਔਰ ਕੱਚਾ ਚਿੱਠਾ। ਵਾਹਿਗੁਰੂ ਵਾਹਿਗੁਰੂ, ਸਾਰਾ ਕਰਕੇ ਡਕਾਰੀ ਲੈ ਅਤੇ ਹੁਣ ਉਹ ਭਗਵੰਤ ਮਾਨ ਤਿੜਕੇ ਨਾ ਜੀ ਇਸ ਗੱਲ ਤੋਂ ਸੱਚ ਰੋਂਦਾ ਹੈ ਕਿ ਤੁਸੀਂ ਕੀ ਕੀਤਾ ਹੈ, SCPC ਨੇ ਕੀ ਕੀਤਾ ਹੈ। ਉਹ ਮਰ ਗਿਆ ਨਾ ਪ੍ਰਕਾਸ਼ ਸਿੰਘ ਬਾਦਲ, ਹੁਣ ਲੱਗੇ ਜੀ ਟੈਂਡਰ ਫਲੋਟ ਕਰ। ਇਹ ਇੰਨੇ ਸਾਲ 2000 ਤੋਂ ਲੱਗ ਕੇ ਅਤੇ ਹੁਣ 2023 ਹੈ, ਕੀ ਕਰਦੇ ਰਹੇ ਹੋ ਤੁਸੀਂ, ਕਿੱਥੇ ਗਏ ਕਰੋੜਾਂ ਰੁਪਈਏ? 1 ਸਾਲ ਦੇ ਵਿੱਚ 70 ਕਰੋੜ ਦੀ ਐਡਵਰਟਾਈਜ਼ਮੈਂਟ ਆਉਂਦੀ ਹੈ, ਹਾਂਜੀ, ਜਿਹਦਾ 10% ਹਿੱਸਾ ਜਾਣਾ ਚਾਹੀਦਾ ਸੀ SGPC ਨੂੰ। ਅਤੇ ਮੈਂ ਤਾਂ ਮੁਬਾਰਕਬਾਦ ਦਿੰਦਾ ਜੀ ਭਗਵੰਤ ਮਾਨ, ਇਹ ਮੁੱਦਾ ਉਹਨਾਂ ਨੇ ਬਹੁਤ ਵੱਡਾ ਚੁੱਕਿਆ। ਇਸ ਤੋਂ ਪਹਿਲਾਂ ਵੀ ਜਿਹੜੇ ਪ੍ਰਧਾਨਾਂ ਨੇ ਗਲਤੀਆਂ ਕੀਤੀਆਂ, ਉਹਨਾਂ ਨੂੰ ਵੀ ਕਹਿਰੇ 'ਚ ਖੜੇ ਕਰਾਂਗੇ, ਉਹ ਲੋਕ ਵੀ ਕਿਵੇਂ ਇਹਨਾਂ ਨਾਲ ਰਲ ਕੇ ਇੱਕ ਨਿੱਜੀ ਘਰ ਨੂੰ ਫਾਇਦਾ ਦਿੰਦੇ ਰਹੇ ਨੇ। ਦਰਸ਼ਕੋ, ਤੁਸੀਂ ਦੇਖ ਰਹੇ ਹੋ ਅਕਾਲ ਚੈਨਲ, ਮੈਂ ਤੁਹਾਡਾ ਆਪਣਾ ਬੇਅੰਤ ਸਿੰਘ ਪਟਿਆਲਾ। ਅੱਜ ਗੱਲਬਾਤ ਇੱਕ ਬਹੁਤ ਹੀ ਗੰਭੀਰ ਮੁੱਦੇ ਨੂੰ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਲਗਭਗ 2 ਦਹਾਕਿਆਂ ਤੋਂ ਇੱਕ ਹੀ ਚੈਨਲ ਨੂੰ ਗੁਰਬਾਣੀ ਪ੍ਰਸਾਰ ਵਾਸਤੇ ਦਿੱਤਾ ਗਿਆ, ਅੱਜ ਉਸਦਾ ਇੱਕ ਕੱਚਾ ਚਿੱਠਾ ਪਹਿਲਾਂ ਵੀ ਤੁਹਾਡੇ ਸਾਹਮਣੇ ਇੱਕ ਵਾਰੀ ਪੇਸ਼ ਕੀਤਾ ਗਿਆ ਸੀ, ਪਰ ਹੁਣ ਦੁਆਰੋ ਮਾਨ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਨੇ ਕਿ ਇਹ ਜਿਹੜਾ ਇੱਕ ਨਿੱਜੀ ਚੈਨਲ ਨੂੰ ਨਾਂ ਦੇ ਕੇ ਕੋਈ ਐਸੇ ਚੈਨਲ ਨੂੰ ਦਿੱਤਾ ਜਾਵੇ ਜਿਹਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮਾਈ ਵੀ ਵਧੇ, ਉਹਨਾਂ ਨੂੰ ਫੰਡ ਵੀ ਆਉਣ ਅਤੇ ਫਾਇਦਾ ਵੀ ਹੋਵੇ ਅਤੇ ਗੁਰਬਾਣੀ ਦਾ ਪ੍ਰਸਾਰ ਹਰ ਘਰ ਵਿੱਚ ਹੋਵੇ। ਸੋ ਇਸ ਮੁੱਦੇ 'ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਜੁੜੇ ਨੇ ਸਾਬਕਾ IAS ਅਫਸਰ ਡਾਕਟਰ ਸਵਰਨ ਸਿੰਘ ਜੀ। ਸਭ ਤੋਂ ਪਹਿਲਾਂ ਫਤਿਹ ਅਰਜ ਕਰਦੇ ਹਾਂ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਇੱਕ ਵਾਰੀ ਪਹਿਲਾਂ ਵੀ ਆਪਾਂ ਸ਼੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰ ਦਾ ਸੱਚੋ ਸੱਚ ਕੀ ਹੈ, ਉਹ ਜਿਹੜਾ ਇਹ ਲਗਭਗ 2 ਦਹਾਕਿਆਂ ਤੋਂ ਲਗਾਤਾਰ ਇੱਕੋ ਹੀ ਚੈਨਲ ਜਿਹੜਾ ਹੈਗਾ ਵਾ ਵੀ ਪ੍ਰਚਾਰ ਕਰ ਰਿਹਾ, ਇਹਦੇ ਵਾਸਤੇ ਕੋਈ ਓਪਨ ਟੈਂਡਰ ਦਿੱਤਾ ਜਾਂਦਾ ਹੈ, ਹੋਰ ਚੈਨਲਾਂ ਨੂੰ ਹੁਣ ਤੱਕ ਕਿਉਂ ਨਹੀਂ ਦਿੱਤਾ ਗਿਆ? ਦੇਖੋ ਜੀ, ਇਹ ਬੜੀ ਦੁੱਖ ਵਾਲੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
इस मकसद नाल बनाई गई सी जिहड़े गुरुद्वारे उन्हां दा प्रबंध चंगा हो सके जिहड़ा उत्थे पैसा गोलक दे विच आउंदा है उस नूं सही तरीके नाल वेलफेयर कम्मां वास्ते ते प्रचार वास्ते ते गुरदियां दे गुरुद्वारियां दे संभाल वास्ते इस नूं वरतिया जा सके। पर मैनूं इह गल कहिंदे आ बहुत दुख हुंदा कि सिख कौम इन्नी निगरदी जा रही है जी। ਅਸੀਂ ਦੂਜਿਆਂ ਨਾਲ ਤਾਂ ਗੱਲਾਂ ਕਰਦੇ ਹਾਂ ਕਿ ਸਿੱਖਾਂ ਨੂੰ ਚੰਗਾ ਨਹੀਂ ਸਮਝਦੇ ਜੀ, ਸਿੱਖਾਂ ਨਾਲ ਵਿਤਕਰਾ ਕਰਦੇ ਜੀ, ਮਤਰੇਈ ਮਾਂ ਵਾਲਾ ਸਲੂਕ ਕਰਦੇ ਜੀ, ਸਾਨੂੰ ਠੀਕ ਨਹੀਂ ਸਾਡੇ ਸਾਡੇ ਹੱਕ ਨਹੀਂ ਮਿਲਦੇ ਜੀ। ਦੂਜਿਆਂ ਨੂੰ ਤਾਂ ਅਸੀਂ ਕਹਿੰਦੇ ਹਾਂ, ਸਟੇਜਾਂ 'ਤੇ ਖੜ੍ਹੇ ਹੋ ਕੇ ਸੰਘਰਸ਼ ਵੀ ਕਰਦੇ ਹਾਂ, ਕਈ ਕੁਛ ਕਰਦੇ ਹਾਂ, ਪਰ ਕਦੀ ਅਸੀਂ ਆਪਣੇ 'ਚ ਝਾਤ ਮਾਰ ਕੇ ਵੀ ਵੇਖਿਆ ਕਿ ਅਸੀਂ ਕੀ ਕਰਦੇ ਹਾਂ, ਅਸੀਂ ਆਪਣੇ ਗੁਰਧਾਮਾਂ ਨਾਲ ਕੀ ਕਰ ਰਹੇ ਹਾਂ। ਅੱਜ ਕਰਸੀ ਜਿਹੜਾ ਹੁਣ ਤੁਰਦਾ ਬਣਿਆ ਪ੍ਰਕਾਸ਼ ਸਿੰਘ ਬਾਦਲ, ਇਹਨੇ ਜੋ ਬੇੜਾ ਗਰਕ ਕੀਤਾ ਸ਼੍ਰੋਮਣੀ ਕਮੇਟੀ ਦਾ, ਇਹਦੇ ਇੱਕ ਨਹੀਂ ਪਤਾ ਨਹੀਂ ਕਿੰਨੇ ਕੁ ਕਿੱਸੇ ਮੈਂ ਪਹਿਲਾਂ ਵੀ ਵੀਡੀਓ ਬਣਾ ਚੁੱਕਾ, ਇਹਦੇ 'ਤੇ ਵੀ ਬੜੀ ਵਿਸਥਾਰ ਨਾਲ ਬਣਾਈ ਹੈ। ਇਹਦੇ ਵਿੱਚ ਜਿਹੜਾ ਸੈਕਟਰੀ ਇੱਥੇ ਜਿਹੜਾ ਇਹਨਾਂ ਦਾ SCPC ਦਾ ਦਫ਼ਤਰ ਹੈ, ਉਹ ਬੜਾ ਤਿੜਕਿਆ ਸੀ, ਉਹਨੇ ਇਹਦਾ ਜਵਾਬ ਦਿੱਤਾ ਮੈਨੂੰ। ਨਹੀਂ ਜੀ, ਮੈਂ ਇਹਦੀ ਵੀ ਦੱਸਦਾ ਤੁਹਾਨੂੰ, ਇਹ ਉਹਨਾਂ ਨੇ ਨਹੀਂ ਕੀਤਾ, ਇਹ ਉਹ ਤਿੜਕਿਆ ਸੀ ਵੀ ਮੇਰੇ ਜਿਹੜੇ ਮੈਂ ਸਟੇਟਮੈਂਟ ਦਿੱਤੀ ਸੀ PTC ਬਾਰੇ। ਮੈਂ ਫਿਰ ਉਹਨੂੰ ਓਪਨ ਚਿੱਠੀ ਲਿਖੀ SGPC, ਮੈਂ ਕਿਹਾ ਜੀ ਵੀ ਨਾਲ ਵੀਡੀਓ 'ਚ ਵੀ ਕਿਹਾ ਵੀ ਜੇ ਜ਼ਰੂਰਤ ਹੈ ਡਾਕੂਮੈਂਟ ਲੈ ਕੇ ਮੇਰੇ ਕੋਲ ਆ ਜਾਓ, ਮੈਂ ਡਾਕੂਮੈਂਟ 'ਤੇ ਗੱਲ ਕਰੂੰਗਾ, ਡਾਕੂਮੈਂਟ ਨਾਲ ਹੀ ਗੱਲ ਹੋ ਗਈ। ਉਸ ਵੇਲੇ ਤੁਹਾਡੀਆਂ ਜਿਹੜੀਆਂ ਕਮੇਟੀਆਂ 3500 ਵੇਖ ਲਈਆਂ ਤੁਸੀਂ, ਉਹ ਕਿਸੇ ਚੀਜ਼ ਨੂੰ ਬਣਾ ਲੈਂਦੇ, ਕਿਸੇ ਚੀਜ਼ ਨੂੰ ਢਾ ਲੈਂਦੇ ਹੋ, ਤੁਹਾਡੇ ਵਿੱਚ ਇੱਕੋ ਹੀ ਗਾਈਡਿੰਗ ਫੋਰਸ ਹੈ ਜਿਹੜਾ ਤੁਹਾਨੂੰ ਕੰਟਰੋਲ ਕਰਦਾ, ਉਹ ਤੋਂ ਅਜਗਰ ਬੈਠਾ, ਉਹ ਆ ਪ੍ਰਕਾਸ਼ ਸਿੰਘ ਬਾਦਲ ਜਿਹਨੇ ਸ਼੍ਰੋਮਣੀ ਕਮੇਟੀ ਨੂੰ ਜਕੜ ਮਾਰਿਆ ਹੋਇਆ ਜੀ, ਔਰ ਉਹਨੇ ਜੋ ਜਿੰਨੀ ਬਰਬਾਦੀ ਕੀਤੀ ਹੈ ਨਾ ਇਸ ਸ਼੍ਰੋਮਣੀ ਕਮੇਟੀ ਦੇ ਵੇਲੇ, ਰਹਿ ਰੱਬ ਦਾ ਨਾਂ ਜੀ। ਪਹਿਲੀ ਤਾਂ ਗੱਲ ਜਿਹੜੀ ਹੈ ਮੈਂ ਤੁਹਾਨੂੰ ਇਹ ਕਹਿਣੀ ਚਾਹੁੰਦਾ ਕਿ ਜਿਹੜਾ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਹੁੰਦਾ, ਇਹਨੂੰ ਅਸੀਂ ਕਮਰਸ਼ੀਅਲ ਅਦਾਰਾ ਵਪਾਰਿਕ ਅਦਾਰਾ ਨਹੀਂ ਬਣਾ ਸਕਦੇ, ਇਹ ਧਾਰਮਿਕ ਅਦਾਰਾ ਲੋਕਾਂ ਦੀ ਸ਼ਰਧਾ ਵਾਸਤੇ ਹੈ। ਲੋਕਾਂ ਨੇ ਉਹ ਸਵੇਰੇ ਸੁਣਨਾ ਹੁੰਦਾ, ਗੁਰਬਾਣੀ ਸੁਣਨੀ ਹੁੰਦੀ ਹੈ, ਨਿਤਨੇਮ ਸੁਣਨਾ ਹੁੰਦਾ, ਵਾਕ ਸੁਣਨਾ ਹੁੰਦਾ, ਤੇ ਇਹ ਕਿਸੇ ਨੂੰ ਫ੍ਰੀ ਮਿਲਣਾ ਚਾਹੀਦਾ ਹੈ। ਟੇਪਾਂ ਬਣਦੀਆਂ, ਇਸ਼ੂ ਕਰੋ, ਸ਼੍ਰੋਮਣੀ ਕਮੇਟੀ ਇਸ਼ੂ ਕਰੇ, ਐਡਵਰਟਾਈਜ਼ਮੈਂਟ ਦੇਣੀ ਆ, ਉਹ ਸ਼੍ਰੋਮਣੀ ਕਮੇਟੀ ਉਹਦਾ ਚਾਰਜ ਕਰੇ। ਇਹ ਕਿਸੇ ਨੂੰ ਠੇਕੇ ਤੇ ਦੇ ਕੇ, ਕਿਸੇ ਇੱਕ ਚੈਨਲ ਨੂੰ ਦੇ ਕੇ ਤੇ ਉਹਦੀ ਕਮਾਈ ਉਹ ਖਾਈ ਜਾਵੇ ਤੇ ਸ਼੍ਰੋਮਣੀ ਕਮੇਟੀ ਵੇਖਦੀ ਰਵੇ, ਤੇ ਅਸੀਂ ਤੁਸੀਂ ਜਿਹਨਾਂ ਨੇ ਹੁਣ ਵਿੱਚ ਡਾਕਟਰ ਸਾਹਿਬ ਇਹ ਗੱਲ ਆਈ ਹੈ ਵੀ ਇਸ ਗੱਲ ਦੀ ਜਿਹੜਾ ਆਪਣਾ ਐਕਸਕਲੂਸਿਵ ਪ੍ਰਸਾਰ ਆ ਇਹਦਾ PTC ਸ਼੍ਰੋਮਣੀ ਕਮੇਟੀ ਨੂੰ ਪੇ ਵੀ ਕਰਦੀ ਰਹੀ ਹੈ। ਮੈਂ ਤੁਹਾਨੂੰ ਦੱਸਦਾ ਜੀ ਬਰੀਫਲੀ, ਤੁਹਾਨੂੰ ਇਹਦੇ ਬਾਰੇ ਹਿਸਟਰੀ ਦੱਸਦਾ। ਇਹ ਜਿਸ ਵੇਲੇ ਰੌਲਾ ਪਿਆ ਨਾ PTC ਚੈਨਲ ਨੇ ਧੰਦਲੀਆਂ ਕਰਨੀਆਂ ਸ਼ੁਰੂ ਕੀਤੀ ਜੀ, ਇਹ ਜੀ ਨੈਕਸਟ ਮੀਡੀਆ, ਗੁਰਬਾਜ ਮੀਡੀਆ ਤੇ ਔਰਬਿਟ ਤੇ ਇਹਨਾਂ ਪਤਾ ਨਹੀਂ ਕਿੰਨੀਆਂ ਕੰਪਨੀਆਂ ਰਲਾ ਰੁਲ ਕੇ ਜਦੋਂ ਕਬਜ਼ਾ ਕੀਤਾ ਨਾ ਇਹਦੇ, ਇਹਦੇ 'ਚ ਜਦੋਂ ਮਾਲਕੀਅਤ ਕੀਤੀ ਹੈ ਤੇ ਉਦੋਂ ਰੌਲਾ ਬੜਾ ਪਿਆ ਤੇ ਪ੍ਰਸਾਰਣ ਹੋ ਰਿਹਾ, ਮੋਟੀ ਕਮਾਈ ਆ ਰਹੀ ਹੈ ਐਡਵਰਟਾਈਜ਼ਮੈਂਟ, ਗੁਰਬਾਣੀ ਦੇ ਨਾਂ 'ਤੇ ਕੋਈ ਐਡ ਹੋਵੇ ਤੇ ਤੁਹਾਨੂੰ ਦੇਖੋ ਕਿੰਨਾ ਲੋਕ ਵੇਖਦੇ, ਕਿੰਨੀ ਵਿਊਅਰਸ਼ਿਪ ਹੈ, ਕਿੰਨਾ ਪੈਸਾ, ਕਿੰਨਾ ਧਨ ਆਉਂਦਾ ਇਹ, ਤੇ ਜਦੋਂ ਰੌਲਾ ਬਹੁਤ ਪੈ ਗਿਆ ਨਾ ਤੇ ਸ਼੍ਰੋਮਣੀ ਕਮੇਟੀ ਤੇ ਚਾਹੁੰਦੀ ਨਹੀਂ ਸੀ ਕੋਈ ਇਹਦੀ ਇਨਕੁਆਇਰੀ ਕਰਨੀ, ਕਿਉਂਕਿ ਉਹਨਾਂ ਆਪ ਹੀ ਤੇ ਕੀਤਾ ਹੈ ਤੇ ਪ੍ਰਕਾਸ਼ ਸਿੰਘ ਬਾਦਲ ਉਸ ਤਰ੍ਹਾਂ ਇਹਨਾਂ ਤੇ ਮਿਹਰਬਾਨ ਸੀ, ਉਹਨਾਂ ਦੀ ਸ਼ਤਲ ਛਾਇਆ ਸੀ। ਫਿਰ 17 ਜਨਵਰੀ 2020 ਨੂੰ ਇਹ ਇੱਕ ਸ਼੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦਾ ਸੱਚੋ ਸੱਚ ਇਹ ਰਿਪੋਰਟ ਜਾਰੀ ਕੀਤੀ ਗਈ। ਇਸ ਰਿਪੋਰਟ ਦੇ ਵਿੱਚ ਕੌਣ ਕੌਣ ਸੀ ਮੈਂ ਉਹਨਾਂ ਬੰਦਿਆਂ ਦੇ ਨਾਂ ਦੱਸਦਾ ਤੁਹਾਨੂੰ। ਇਸ ਨੂੰ ਜਿਹੜੀ ਹੈ ਇਹ ਗੁਰਬਾਣੀ ਦਾ ਜਿਹੜੀ ਕੀਤਾ ਗਿਆ ਹੈ ਇਸ ਦੇ ਵਿੱਚ ਅਜੇਪਾਲ ਸਿੰਘ, ਹਰਸ਼ਰਨ ਕੌਰ, ਚੰਚਲ ਮਨੋਹਰ ਸਿੰਘ, ਇਹ ਪ੍ਰੋਮੀਨੈਂਟ ਸਿੱਖ ਹੈਗੇ ਆ ਸ਼ਰਧਾਲੂ, ਜਸਪਾਲ ਸਿੰਘ ਸਿੱਧੂ, ਜਗਮੋਹਨ ਸਿੰਘ ਤੇ ਪਰਮਜੀਤ ਸਿੰਘ। ਇਹ ਰਿਪੋਰਟ ਜਿਹੜੀ ਆ ਉਹਨਾਂ ਨੇ ਬੜੀ ਮਿਹਨਤ ਨਾਲ, ਦੇਖੋ ਕਿੱਡੀ ਮੋਟੀ ਹੈ, ਇਹਨੇ ਤੱਥ ਇਕੱਠੇ ਕੀਤੇ ਆਪ ਮਿਹਨਤ ਕਰਕੇ ਔਰ ਰਿਪੋਰਟ ਕੱਢ ਕੇ ਲਿਆਉਂਦੀ, ਤੇ ਇਸ ਨੂੰ ਜਿਹੜੀ ਛਪਾਈ ਹੈ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਵੱਲੋਂ ਇਸ ਰਿਪੋਰਟ ਦੀ ਛਪਾਈ ਕੀਤੀ, ਔਥੈਂਟੀਕੇਟਡ ਸੋਰਸ। ਮੈਂ ਇਸ ਤੋਂ ਬਾਅਦ ਇੱਕ ਲਫ਼ਜ਼ ਵੀ ਨਹੀਂ ਬੋਲਦਾ, ਇਸੇ ਕਰਕੇ ਮੈਂ ਰਿਪੋਰਟ ਆਪਣੇ ਨਾਲ ਰੱਖੀ ਹੈ ਤਾਂ ਕਿ ਇਹ ਤੱਥ ਜਿਹੜੇ ਤੁਹਾਨੂੰ ਦਿਖਾਵਾਂ।
ਕੱਲ ਨੂੰ ਮੈਨੂੰ ਚੈਲੰਜ ਕਰਨ ਤੇ ਮੈਨੂੰ ਕਿਉਂ ਚੈਲੰਜ ਕਰਨ ਜੀ? ਆ ਰਿਪੋਰਟ ਜਿੰਨਾ ਲਿਖੀ ਆ ਉਹਨਾਂ ਨੂੰ ਕਰਨ ਚਾਹੁੰਦਾ, ਮੈਂ ਤਾਂ ਰਿਪੋਰਟ ਦੇ ਆਧਾਰ ਤੇ ਬੋਲਣਾ ਹੈ। ਮੈਂ ਇਹ ਗੱਲ ਹੋ ਵੀ ਚੁੱਕੀ ਅੱਗੇ, ਮੈਂ ਬੋਲਿਆ ਤੇ, ਪਰ ਜਦੋਂ ਮੈਂ ਵੰਗਾਰਿਆ ਨਾ ਉਹਨਾਂ ਨੂੰ ਵੀ ਆਓ ਜੀ ਬਹਿਸ ਕਰੋ ਮੇਰੇ ਨਾਲ, ਪੱਤਰ ਪ੍ਰੈਸ ਕਾਨਫਰੰਸ ਕਰੋ, ਮੇਰੇ ਨਾਲ ਬਹਿਸ ਕਰੋ, ਮੈਂ ਇਸ ਰਿਪੋਰਟ ਨੂੰ ਲੈ ਆਉਣਾ, ਤੁਸੀਂ ਚਿਠਲਾਓ, ਤੁਸੀਂ ਕਹੋ ਜੀ ਇਹ ਗਲਤ ਹੈ, ਮੈਂ ਤੁਹਾਨੂੰ ਸੱਚ ਸਾਬਤ ਕਰਦਾ। ਮਾਂ ਮਰ ਗਈ, ਕੋਈ ਬੋਲਿਆ ਨਹੀਂ, ਕੋਈ ਨਹੀਂ ਆਇਆ, ਕੋਈ ਨਹੀਂ ਆਇਆ ਮੇਰੇ ਕੋਲ। ਹੁਣ ਮੈਂ ਕਿਉਂਕਿ ਚੀਫ ਮਿਨਿਸਟਰ ਨੇ ਸੱਚੀ ਇਹ ਮੁੱਦਾ ਚੁੱਕਿਆ ਹੈ ਕਿ ਤੂੰ ਤੂੰ ਮੈਂ ਜਿਹੜੀ ਯੋਜਨਾ ਦੇ ਵਿੱਚ ਹੋਈ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਚੀਫ ਮਿਨਿਸਟਰ ਦੀ, ਇਹ ਸਹੀ ਮੁੱਦਾ ਹੈ, ਮੁੱਖ ਮੰਤਰੀ ਨੇ ਠੀਕ ਮੁੱਦਾ ਚੁੱਕਿਆ ਹੈ। ਉਹ ਸ਼੍ਰੋਮਣੀ ਕਮੇਟੀ ਨੂੰ ਕਰੋੜਾਂ ਰੁਪਈਆਂ ਦਾ ਚੂਨਾ ਲੱਗ ਰਿਹਾ ਹੈ, ਇਹਦੇ ਤੋਂ ਹੁਣ ਵੀ ਲੱਗ ਰਿਹਾ ਹੈ। ਪਤਾ ਨਹੀਂ, ਮੈਨੂੰ ਲੱਗਦਾ ਕਿ 6-7 ਮਹੀਨੇ ਤੇ ਹੋ ਗਏ ਹੈ ਜਦੋਂ ਇਹਦਾ ਰੌਲਾ ਫਿਰ ਬੜਾ ਪਿਆ ਸੀ, ਤੇ ਜਿਹੜੇ ਆਪਣੇ ਜਥੇਦਾਰ ਨੇ ਅਕਾਲ ਤਖ਼ਤ ਸਾਹਿਬ ਉਹਨਾਂ ਨੇ ਕਿਹਾ ਸੀ ਵੀ ਇਹਨੂੰ ਬੰਦ ਕਰ ਦਿੱਤਾ ਜਾਊਗਾ ਹੁਣੇ ਹੀ, ਤੇ ਇਹਦਾ ਇੰਤਜ਼ਾਮ ਕਰ ਇਹਦਾ ਅਸੀਂ ਜਾਂ ਤੇ ਯੂਟਿਊਬ ਦੇ ਉੱਤੇ ਜਾਂ ਹੋਰ ਤਰੀਕੇ ਨਾਲ ਇੰਤਜ਼ਾਮ ਕਰਾਂਗੇ, ਪੀਟੀਸੀ ਦੇ ਨਾਲ ਨਹੀਂ ਕਰੇਗਾ। ਪਰ ਉਹ ਨਹੀਂ ਹੋਇਆ, ਇਹ ਜਥੇਦਾਰ ਦੀ ਵੀ ਨਹੀਂ ਸੁਣੀ ਗਈ। ਤੂੰ ਹੁਣ ਮੈਨੂੰ ਦੱਸੋ, ਜਿੱਥੇ ਨਾ ਸਿੱਖਾਂ ਦੀ ਰਿਪੋਰਟਾਂ ਨੂੰ ਕੋਈ ਸੁਣੇ, ਨਾ ਕੋਈ ਜਥੇਦਾਰ ਨੂੰ ਸੁਣੇ, ਨਾ ਕੋਈ ਇੰਟਲੈਕਚੁਅਲ ਬੰਦੇ ਹੈ ਜੇ ਉਹ ਐਨਾਲਿਸਿਸ ਕਰਨ ਉਹਨੂੰ ਨਾ ਸੁਣੇ, ਤੇ ਕਿੱਥੇ ਨਾਲ ਸਿੱਖ ਕੀ ਕਿਹਨੂੰ ਕਹਿਣ, ਕਿਹਨੂੰ ਕਹਿਣ? ਹੁਣ ਇਸ ਰਿਪੋਰਟ ਦੇ ਇੰਨੇ ਖੁਲਾਸੇ ਕੀਤੇ ਹੈ, ਸਾਰੇ ਤੇ ਡਿਸਕਸ ਕਰਨੇ ਸਮੇਂ ਦੇ ਹਿਸਾਬ ਨਾਲ ਠੀਕ ਨਹੀਂ ਹੈ। ਕੀ ਹੈ ਕਿ 15 ਅਕਤੂਬਰ 1999 ਨੂੰ ਇਹ ਪ੍ਰਸਾਰਣ ਦਾ ਪ੍ਰੋਗਰਾਮ ਉਹ ਲਿਖਿਆ ਗਿਆ, ਉੱਥੇ ਕਿਸ਼ੋਰ ਮੋਤਿਆਨੀ ਜੀ ਦੀ ਮਾਲਕੀ ਵਾਲਾ ਪੰਜਾਬੀ ਚੈਨਲ ਸੀ ਇੱਕ, ਅੱਛਾ, ਉਹਨੂੰ ਦਿੱਤਾ ਗਿਆ ਇੱਕ 15 ਅਕਤੂਬਰ 1999 ਨੂੰ। ਇਹਦਾ ਨਾਂ ਉਹਨਾਂ ਨੇ ਬਾਅਦ ਦੇ ਵਿੱਚ ਮੈਸਰਸ ਨਾਰਥ ਇੰਡੀਆ ਟੈਲੀਵਿਜ਼ਨ ਲਿਮਿਟਡ ਵੀ ਕਰ ਦਿੱਤਾ ਇਹਨਾਂ ਨੇ। ਇਹ ਚੱਲਦਾ ਰਿਹਾ, ਚੱਲਣਾ ਲੱਗ ਪਿਆ, ਕਿਉਂਕਿ ਇਹਨਾਂ ਦੇ ਕੋਲ ਜਿਹੜੀਆਂ ਮਨਜ਼ੂਰੀਆਂ ਨਹੀਂ ਸੀ, ਨਾ SCPC ਦੀਆਂ ਨਾ ਸਰਕਾਰ ਦੀਆਂ, ਇਹ ਤਾਂ ਚੈਨਲ ਵੀ ਅਪਰੂਵਡ ਨਹੀਂ ਸੀ, ਇਸ ਕਰਕੇ ਚੱਲ ਨਹੀਂ ਸਕਿਆ ਜ਼ਿਆਦਾ। ਫਿਰ ਕੀ ਹੋਇਆ ਕਿ ਇਹ ਕਰਦਿਆਂ ਕਰਦਿਆਂ ਇਹਨੂੰ ਰੱਦ ਕਰ ਦਿੱਤਾ ਗਿਆ ਸ਼੍ਰੋਮਣੀ ਕਮੇਟੀ। ਪਰ ਗੱਲ ਵੇਖੋ, ਰੱਦ ਹੁੰਦਿਆਂ ਹੋਇਆਂ ਵੀ ਇਹਨਾਂ ਨੇ ETV ਚੈਨਲ ਨਾਲ ਸਮਝੌਤਾ ਕਰ ਲਿਆ, ਕੋਈ ਟੈਂਡਰ ਨਹੀਂ ਦਿੱਤਾ, ਕੁਛ ਨਹੀਂ, ਸਿੱਧਾ ਹੀ ਰਲੇਵਾਂ ਕਰ ਲਿਆ। ਇਹ ਨਾਰਥ ਇੰਡੀਆ ਵਾਲਿਆਂ ਨੇ ਇਹ ਕਹਿੰਦੇ ਜੀ ਹੁਣ ETV ਚੈਨਲ ਲਾਗੂ ਕਰੇਗਾ। ਉਹਨਾਂ ਨੇ ਕਿੰਨੇ ਪੈਸੇ ਦੇਣੇ ਸ਼ੁਰੂ ਕੀਤੇ? ਕੋਈ ਤੁਹਾਨੂੰ ਦੱਸਦਾ ਉਹਨਾਂ ਨਾਲ ਕੀ ਸਮਝੌਤਾ ਹੋਇਆ, ਠੀਕ ਹੈ ਜੀ। ਇਹਦੇ ਵਾਸਤੇ ਨਾ, ਕਿਉਂਕਿ ਲੰਬਾ ਝਗੜਾ ਪੈ ਗਿਆ ਸੀ, ਇਹਦੇ ਵਾਸਤੇ ਸ਼੍ਰੋਮਣੀ ਕਮੇਟੀ ਨੇ ਕਮੇਟੀ ਬਣਾਈ, ਜਿਹਦੇ ਵਿੱਚ ਰਘੂਜੀਤ ਸਿੰਘ ਵਿਰਕ, ਦਿਲਬਾਗ ਸਿੰਘ ਪਠਾਨਕੋਟ, ਜੰਗ ਬਹਾਦਰ ਸਿੰਘ ਰਾਏ, ਪ੍ਰੋਫੈਸਰ ਹਰਬੰਸ ਸਿੰਘ ਬੁਲੀਨਾ, ਪ੍ਰੋਫੈਸਰ ਬਿਕਰਮਜੀਤ ਸਿੰਘ ਵਿਰਕ ਤੇ ਕਿਰਪਾਲ ਸਿੰਘ ਚੌਹਾਨ, ਛੇ ਬੰਦੇ ਇਹ ਜਿਹੜੇ ਇੱਥੇ ਤੁਹਾਨੂੰ ਦੱਸਿਆ ਵਧੀਕ ਸਕੱਤਰ ਨੇ ਚੰਡੀਗੜ੍ਹ ਦਫ਼ਤਰ, ਇਹਨਾਂ ਦੀ ਕਮੇਟੀ ਬਣਾਤੀ ਭਾਈ ਤੁਸੀਂ ਇਹਦਾ ਫੈਸਲਾ ਕਰੋ ਜੀ, ਕਿਹੜੇ ਚੈਨਲ ਲੈਣਾ, ਕੀ ਨਹੀਂ ਕਰਨਾ। ਇਹਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ, ਇੱਕ ਅੱਧੀ ਵਾਰੀ ਹੋਈ ਹੈ ਕਮੇਟੀਆਂ ਦਾ, ਤੁਹਾਨੂੰ ਪਤਾ ਸ਼੍ਰੋਮਣੀ ਕਮੇਟੀ ਤੇ ਆਈ ਆਸ਼ ਹੈਗੀਆਂ, ਇਹ ਜਿਸ ਤਰ੍ਹਾਂ ਮਰਜ਼ੀ ਕਿਸੇ ਜੇ ਮੁੱਦੇ ਨੂੰ ਟਾਲਣਾ, ਡਿਫਿਊਜ਼ ਕਰਨਾ, ਪਬਲਿਕ ਜਿਹੜੇ ਕ੍ਰਿਟਿਸਿਜ਼ਮ ਤੋਂ ਬਾਹਰ ਕੱਢਣਾ, ਤਾਂ ਕਮੇਟੀ ਬਣਾ ਦੇ, ਠੀਕ ਹੈ, ਆਪੇ ਡਿਫਿਊਜ਼ ਹੋਊਗਾ, ਲੋਕਾਂ ਨੂੰ ਭੁੱਲ ਭੱਲ ਜਾਊ। ਇਹੋ ਜਿਹੀਆਂ ਕਮੇਟੀਆਂ ਬਣਦੀਆਂ ਰਹੀਆਂ, ਇਸ ਤਰ੍ਹਾਂ ਹੀ ਇਹ ਕਮੇਟੀ ਬਣਾਈ, ਉਹ ਕਮੇਟੀ ਦੀਆਂ ਮੀਟਿੰਗਾਂ ਅੱਧੀ ਹੋਈ ਪਚਦੀਆਂ ਹੋਈਆਂ ਨਹੀਂ। ਫਿਰ ਜੀ ETV ਚੈਨਲ ਨੈਟਵਰਕ ਜਿਹੜਾ ਇਹ 1999 ਦੇ ਵਿੱਚ ਇਹ ਇਸਟੈਬਲਿਸ਼ ਹੋਇਆ, ਠੀਕ ਹੈ। 2000 ਦੇ ਵਿੱਚ ਇਹਨੇ ਉਹ ਨਾਰਥ ਚੈਨਲ ਵਾਲੇ ਇਹਨਾਂ ਨੂੰ ਦੇ ਦਿੱਤਾ। ਹੁਣ ਇਹਦੀ ਇੰਪੋਰਟੈਂਟ ਗੱਲ ਇਹ ਹੈ ਜਿਹੜੀ ਤੁਸੀਂ ਮੈਨੂੰ ਪੁੱਛ ਰਹੇ ਹੋ, ਇੰਪੋਰਟੈਂਟ ਗੱਲ ਇਹ ਹੈ ਕਿ 14 ਸਤੰਬਰ 2000, ਠੀਕ ਹੈ ਜੀ, ਇਸ ਦੀ ਮੀਟਿੰਗ ਚੰਡੀਗੜ੍ਹ ਦਫ਼ਤਰ ਵਿੱਚ 11 ਵਜੇ ਹੋਈ। ਹੁਣ ਇੰਪੋਰਟੈਂਟ ਇਹ ਆ, ਤੁਸੀਂ ਵੇਖਿਓ ਸਮਝੌਤਾ ਕੀ ਹੋਇਆ, ਟਾਈਮ ਵੀ ਲਿਖਿਆ ਗਿਆ, ਟਾਈਮ ਵੀ ਲਿਖਿਆ, ਮੀਟਿੰਗ ਵੀ ਹੋਈ, ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਥੱਲੇ ਹੋਈ ਹੈ, ਤੇ ਉਹਨੂੰ ਗਾਂ ਡਿਸਟੋਰਟ ਕਿਵੇਂ ਕੀਤਾ ਗਿਆ। ਮੀਟਿੰਗ 'ਚ ਫੈਸਲਾ ਕੀ ਹੋਇਆ ਕਿ ਜਿਹੜੇ ਆ ਪਿੱਛੇ ਮੈਂ ਦੱਸਿਆ ਨਾ ਇਰੈਗੂਲਰ ਟੈਲੀਕਾਸਟ ਕਰਦੇ ਰਹੇ ਆ, ਮਨਜ਼ੂਰੀਆਂ ਨਹੀਂ ਸੀ, ਇਹ ਚੱਲਦਾ ਰਿਹਾ ਸਿਲਸਿਲਾ, ਇਹ ਫੈਸਲਾ ਹੋਇਆ ਕਿ ਇਹਦਾ
50 लाख रुपया ਉਹ ਪੁਰਾਣਾ ਬਕਾਇਆ ਦੇਣਗੇ ਤੇ ਚੈਨਲ ਵਾਲੇ ਜਿਹੜਾ ਹੁਣ ਲਊਗਾ ਐਸਜੀਪੀਸੀ ਸਿੱਧਾ ਇਸੀ ਜਿਹੜਾ ਹੁਣ ਲਊਗਾ ਇਹ ਦਊਗੀ ਐਸਜੀਪੀਸੀ ਨੂੰ ਪੁਰਾਣਾ ਬਕਾਇਆ ਠੀਕ ਹੈ ਜੀ ਤੇ 1.5 ਕਰੋੜ ਰੁਪਇਆ ਜਿਹੜਾ ਐਗਰੀਮੈਂਟ ਸਾਈਨਿੰਗ ਦਾ ਸਿਆ ਵਜੋਂ ਦਿੱਤਾ ਜਾਵੇਗਾ ਹਾਂ ਉਸੇ ਵੇਲੇ ਦਿੱਤਾ ਜਾਊ ਐਗਰੀਮੈਂਟ ਸਾਈਨ ਕਰਨ ਦਾ ਜੀ ਇਸ ਤੋਂ ਇਲਾਵਾ ਜਿੰਨੀ ਐਡ ਆਉਂਦੀ ਹੈ ਇਹ ਤੋਂ ਐਡ ਆਏਗੀ ਉਹ ਗੁਰਬਾਣੀ ਦਾ ਪ੍ਰਸਾਰਣ ਹੋਣਾ ਉਹ ਤੋਂ ਪਹਿਲਾਂ ਤੋਂ ਉਹ ਤੋਂ ਬਾਅਦ ਤੇ ਡਿਊਰਨ ਤੇ ਇਹ ਤੇ ਚੈਨਲ ਨੂੰ ਤਾਂ ਚੁੱਕੇ ਜਾਣਾ ਐਡ ਹੀ ਬੜੀ ਵੱਧ ਜਾਣੀ ਹੈ ਇਹਦਾ 10% ਗਰੋਸ ਜਿਹੜੀ ਐਡਵਰਟਾਈਜ਼ਮੈਂਟ ਬਿਜ਼ਨਸ ਜਿਹੜਾ ਇਹ ਐਸਜੀਪੀਸੀ ਨੂੰ 10% ਸਾਲਾਨਾ 10% ਇਹ ਦਿੱਤਾ ਜਾਂਦਾ ਰਿਹਾ ਹੁਣ ਤੱਕ ਕਿ ਨਹੀਂ ਨਹੀਂ ਜੀ ਬੜਾ ਘੱਟ ਦਿੱਤਾ ਗਿਆ ਉਹ ਮੈਂ ਤੁਹਾਨੂੰ ਦੱਸਦਾ ਇਹ ਤੇ ਬੜਾ ਵੱਡਾ ਕਤਲੇ ਹੈ ਜੀ ਜੀ ਜਿਹੜੇ ਪਬਲਿਕ ਦੇ ਸਾਹਮਣੇ ਨਹੀਂ ਆਉਣ ਦਿੰਦੇ ਜੇ ਮੇਰੇ ਵਰਗਾ ਬੰਦਾ ਕੋਈ ਲੈ ਆਉਂਦਾ ਤੇ ਫਿਰ ਦਮਕੇ ਮਾਰਦੇ ਅਸੀਂ ਤੁਹਾਡੇ ਤੇ ਕੇਸ ਕਰ ਦਾਂਗੇ ਜੀ ਡਿਫਲੇਮੇਸ਼ਨ ਕਰ ਦਾਂਗੇ ਵੀ ਹੋਰ ਤੁਸੀਂ ਕਰ ਕੀ ਸਕਦੇ ਹੋ ਹੁਣ ਐਸਜੀਪੀਸੀ ਦੇ ਪ੍ਰਧਾਨ ਨੂੰ ਮੈਂ ਚਿੱਠੀ ਲਿਖੀ ਸੀ ਮੈਂ ਕਿਹਾ ਤੁਸੀਂ ਕੇਸ ਕਰੋ ਮੇਰੇ ਤੇ ਜ਼ਰੂਰਤ ਨਹੀਂ ਪਈ ਕਿਉਂਕਿ ਹੈ ਹੀ ਚੋਰ ਨੇ ਜ਼ਰੂਰਤ ਕਿੱਥੋਂ ਪੈਣੀ ਹੈ ਇਹ ਤੇ ਮੈਂ ਥੋੜ੍ਹੀ ਐਕਸਪੋਜ਼ ਕੀਤਾ ਇਹ ਤੇ ਸਿੱਖਾਂ ਦੀ ਪਾਰਲੀਮੈਂਟ ਨੇ ਇੱਕ ਕਿਸਮ ਰੱਖੀ ਕੋਈ ਵੀ ਲੈ ਕੇ ਪੜ ਸਕਦਾ ਕੋਈ ਪੜ ਸਕਦਾ ਪਬਲਿਕ ਹੈ ਅੱਛਾ ਫਿਰ ਇਹਦੇ ਚ ਜਿਵੇਂ ਇਸ ਤਰ੍ਹਾਂ ਇਹ ਜਿਹੜੇ ਮੋਟੀਆਂ ਜਿਹੜੀਆਂ ਮੱਦਾਂ ਨੇ ਇਹ ਪਾਸ ਕੀਤੀ ਹੈਰਾਨੀ ਵਾਲੀ ਗੱਲ ਦੇਖੋ ਬਾਦਲ ਸਾਹਿਬ ਨੂੰ ਚੇਤਾ ਹੋ ਗਿਆ ਬਾਦਲ ਸਾਹਿਬ ਨੂੰ ਚੇਤਾ ਗਿਆ ਕਿ ਬੀਬੀ ਕੀ ਸਮਝੌਤਾ ਕਰੀ ਜਾਂਦੀ ਹੈ ਇਹਨਾਂ ਨੂੰ ਤੇ ਅਸੀਂ ਫਾਇਦਾ ਦੇਣਾ ਪੇਰਾਂ ਨਾਲ ਤੇ ਅਸੀਂ ਸਮਝੌਤਾ ਕਰਨਾ ਹੈ ਅਗਲੇ ਹੀ ਦਿਨ ਬੀਬੀ ਜਗੀਰ ਕੌਰ ਨੇ ਇਹਨੂੰ ਬਦਲਤਾ ਉਹ ਕਮੇਟੀ ਦੀ ਗੱਲ ਛੱਡ ਦਿਓ ਉਹਨੇ ਕਹਿਤਾ ਕਿ ਸਮਝੌਤਾ ਹੁਣ 11 ਸਾਲ ਵਾਸਤੇ ਰਹੇਗਾ ਕਿਸੇ ਨੂੰ ਨਾ ਟੈਂਡਰ ਮਿਲੇਗਾ ਨਹੀਂ ਨਹੀਂ ਕਿਸੇ ਨੂੰ ਨਾ ਐਡਵਰਟਾਈਜ਼ ਅੱਜ ਜਦੋਂ ਸਮਝੌਤਾ ਕੀਤਾ ਕੋਈ ਟੈਂਡਰ ਨਹੀਂ ਇਨਵਾਈਟ ਕੀਤਾ ਕੋਈ ਐਡਵਰਟਾਈਜ਼ਮੈਂਟ ਨਹੀਂ ਕੀਤੀ ਕਿਸੇ ਹੋਰ ਕੰਪਨੀ ਨੂੰ ਬੁਲਾਇਆ ਹੋ ਸਕਦਾ ਵੀ ਦੂਸਰੇ ਚੈਨਲ ਵਾਲੇ ਇਸ ਤੋਂ ਵੱਧ ਦਿੰਦੇ ਜੀ ਬੁਲਾਇਆ ਨਹੀਂ ਕਿਸੇ ਨੂੰ ਵੀ ਕਮਰੇ 'ਚ ਬਹਿ ਕੇ ਸਿੰਗਲ ਟੀਵੀ ਚੈਨਲ ਨੂੰ ਬੁਲਾ ਕੇ ਉਹਨੂੰ ਹੀ ਦੇ ਦਿੱਤਾ ਕਿਸੇ ਜਾਂ ਜਿਹਨੂੰ ਕਹਿੰਦੇ ਆ ਉਹਨੂੰ ਬੁਲਾ ਕੇ ਇਹਨਾਂ ਨੂੰ ਦਿੱਤਾ ਮਾਲਾ ਮਾਲਕਾ ਆ ਐਗਰੀਮੈਂਟ ਕਰ ਲਈਏ ਇਹ ਐਗਰੀਮੈਂਟ ਚਲੋ ਕਰ ਲਈਏ ਬਾਦਲ ਸਾਹਿਬ ਕੋਲ ਪਹੁੰਚ ਪਏ ਬਾਦਲ ਸਾਹਿਬ ਸਾਨੂੰ ਤਾਂ ਮਾਰਤਾ ਜੀ ਇੰਨੇ ਇੰਨੇ ਸਾਡੇ ਤੇ ਲਾਤੇ ਪੈਸੇ ਤੇ ਜੇ ਸਾਨੂੰ ਕੋਈ ਕਰਨਾ ਤਾਂ ਸਾਨੂੰ ਥੋੜ੍ਹਾ ਜਿਹਾ ਟਾਈਮ ਹੀ ਦਿਓ 11 ਸਾਲ ਕਰਤਾ ਆਪਣੇ ਇਹ 'ਚ ਨਹੀਂ ਕੀਤਾ ਕਮੇਟੀ 'ਚ ਨਹੀਂ ਕੱਲਾ ਹੀ ਸ਼ਾਮ ਨੂੰ ਉਸੇ ਦਿਨ ਯਾਦ ਦੇਖੋ ਇਹ 14 ਨੂੰ ਸੀ ਤੇ 15 ਨੂੰ 15 ਸਤੰਬਰ 2000 ਇਸ ਚੈਨਲ ਦੇ ਨਾਲ ਸਮਝੌਤਾ ਕੀ ਹੋਇਆ ਦੂਜੀ ਗੱਲ ਇਹ ਇੰਪੋਰਟੈਂਟ ਕਲਾਜ਼ ਹੈ ਭਾਈ ਵੀ ਜੇ ਐਸਜੀਪੀਸੀ ਇਹ ਸਮਝੌਤੇ ਤੋਂ ਕਿਤੇ ਭੱਜਦੀ ਹੈ ਤੇ ਇਹਨੂੰ ਕੰਪਨੀ ਨੂੰ ਰੁਝਾਨਾ ਦੇਣਾ ਪਵੇਗਾ ਉਲਟਾ ਪੈਸੇ ਹੋਰ ਦੇਣੇ ਪੈਣਗੇ ਹਾਂ ਜੇ ਦੂਜੀ ਕਲਾਜ਼ ਨਹੀਂ ਭਾਈ ਵੀ ਜੇ ਕੰਪਨੀ ਨੁਕਸਾਨ ਕਰਦੀ ਹੈ ਜੇ ਕੰਪਨੀ ਭੱਜਦੀ ਹੈ ਤੇ ਕੰਪਨੀ ਨੂੰ ਕੀ ਰੁਝਾਨਾ ਪਾਏਗਾ ਉਹ ਕਲਾਜ਼ ਉਹ ਮਦ ਹੈ ਹੀ ਨਹੀਂ ਨਹੀਂ ਉਹ ਨਹੀਂ ਭਾਈ ਹੇਰਾ ਫੇਰੀਆਂ ਦਾ ਨਾ ਮੈਂ ਤਾਂ ਤੁਹਾਨੂੰ ਦੱਸ ਰਿਹਾ ਕਿ ਕਿਸ ਤਰੀਕੇ ਨਾਲ ਵਰਕਿੰਗ ਜਿਹੜੀ ਹੈ ਚੱਲ ਰਹੀ ਹੈ ਫਿਰ ਇਹ ਇੱਕ ਹੋਰ ਬਾਤ ਸੀ ਵੀ ਇਹ ਜਿਹੜੀ ਕੰਪਨੀ ਦੀ ਕਾਰਗੁਜ਼ਾਰੀ ਦੇ ਤੇ ਕੋਈ ਟਿਪਾ ਨਹੀਂ ਨਹੀਂ ਹੋਏਗੀ 5 ਸਾਲਾਂ ਬਾਅਦ ਜਾ ਕੇ ਇਹਦੀ ਰਿਪੋਰਟ ਵੇਖੀ ਜਾਇਆ ਕਰੇ ਜੀ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਸਾਰੀ ਉਹਨੂੰ ਸੱਟ ਮਾਰਦੀ ਅੱਛਾ ਫਿਰ ਇੱਕ ਹੋਰ ਗੱਲ ਦੇਖ ਲਓ ਇੱਥੇ ਬਸ ਨਹੀਂ ਫਿਰ ਇਸ ਜਿਹੜਾ ਸਮਝੌਤਾ ਸੀ ਇਹਨੂੰ ਡਿਸਟੌਲਟ ਕਰਤਾ ਉਹ ਕਿਹਾ ਨਹੀਂ ਜਿਹੜਾ 1.5 ਕਰੋੜ ਰੁਪਈਆ ਜਿਹੜਾ ਉਹ ਕਿਹਾ ਸੀ ਨਾ ਅਸੀਂ 50 ਲੱਖ ਰੁਪਈਆ ਦੇਵਾਂਗੇ ਬਕਾਇਆ ਜੀ ਜੀ ਨਹੀਂ ਉਹਨੂੰ ਕੱਟ ਦਿਓ ਜੀ ਉਹ 11 ਲੱਖ ਕਰ ਦਿਓ ਆਪਣੇ ਆਪ ਹੀ ਹੋਈ ਜਾ ਰਿਹਾ 11 ਲੱਖ ਕਰਤਾ ਸਮਝੌਤੇ ਦੇ ਚੁਣੇਵੇਂ ਹਿੱਸੇ ਦਾ ਇਵਜਾਨਾ ਹਾਂ 11 ਲੱਖ ਰੁਪਈਆ ਦੇ ਕੇ ਮਵੀ ਇੱਕ ਅਰਦਾਸ ਹੀ ਕਰਾਤਾ ਵੀ 1.5 ਕਰੋੜ ਰੁਪਈਆ ਤੁਸੀਂ ਸਾਨੂੰ ਮਾਫ ਕਰ ਦਿਓ 11 ਲੱਖ ਦਾ ਨਹੀਂ ਉਹ 1.5 ਕਰੋੜ ਦਾ ਕੀਤਾ ਹੈ ਉਹ ਦੱਸਦਾ ਮੈਂ ਤੁਹਾਨੂੰ ਜੀ ਜੀ ਇਹ ਤੇ 50 ਲੱਖ ਜਿਹੜਾ ਸੀ ਨਾ ਦੇਣਾ ਬਕਾਇਆ ਉਹਦਾ 11 ਕਰਤਾ ਚਲੋ ਇਹ ਇਹ ਦੱਸੋ ਇਹ ਕੋਈ ਰਾਜੇ ਮਹਾਰਾਜੇ 50 ਲੱਖ ਤੋਂ 11 ਲੱਖ ਹੋ ਗਿਆ ਆਹੋ ਵੀ ਉੱਥੇ ਬਹਿ ਕੇ ਟੇਬਲ ਦੇ ਉੱਤੇ ਫੈਸਲੇ ਕਰੀ ਚਲੋ ਉਹ ਵੀ ਗੁਰੂ ਘਰ ਦੇ ਸੰਗਤਾਂ ਦੇ ਸ਼ਰਧਾ ਦੇ ਨਾਲ ਜਿਹੜੇ ਪੈਸੇ ਦਿੱਤੇ ਉਹਦੇ ਫੈਸਲੇ ਫਿਰ ਇਹ ਕਿਹਾ ਕਿ ਜਿਹੜਾ ਅਸੀਂ ਤੁਹਾਨੂੰ ਕਿਹਾ ਸੀ ਨਾ ਸਾਈਨਿੰਗ ਅਮਾਊਂਟ ਦੇਵਾਂਗੇ ਉਹ 1.5 ਕਰੋੜ ਕਿਹਾ ਸੀ ਤੁਹਾਨੂੰ ਦੱਸਿਆ ਸੀ ਇਹ ਅਸੀਂ 2.1 ਕਰੋੜ ਰੁਪਈਆ ਦੇਵਾਂਗੇ ਤੇ ਉਹ ਜਿਹੜਾ 11,000 ਕੱਟ ਜਿਹੜਾ ਨਾ 3 ਲੱਖ 11 ਲੱਖ ਇਹ ਕੱਟ ਕੇ ਦੇਵਾਂਗੇ ਤੇ ਇਹ ਵੀ ਕਿਸ਼ਤਾਂ ਦੇ ਦੇਵਾਂਗੇ
ਜਿਹੜਾ 2 ਕਰੋੜ ਵੀ ਦੇਣਾ ਹਾਂ ਓਕੇ ਇਹ ਕਿਸ਼ਤਾਂ ਦੇ ਲਵਾਂਗੇ ਉਸ ਤਰ੍ਹਾਂ ਨਹੀਂ ਚਲੋ ਇਹ ਜਿਹੜਾ ਉਹ ਇੱਕ ਹੋਰ ਬੜੀ ਸ਼ੈਤਾਨੀ ਵਾਲੀ ਗੱਲ ਕੀਤੀ ਸ਼ੈਤਾਨੀ ਵਾਲੀ ਗੱਲ ਕੀਤੀ ਕਿ ਦੇਖੋ ਉਸ ਵੇਲੇ ਹੁਣ ਮੈਨੂੰ ਨਹੀਂ ਪਤਾ ਕੀ ਫਿਗਰ ਹੈ ਕਿ ਨਹੀਂ 70 ਕਰੋੜ ਰੁਪਈਆ ਐਡਵਰਟਾਈਜ਼ਮੈਂਟ ਦਾ ਪੀਟੀ ਚੈਨਲ ਨੂੰ ਆਉਂਦਾ ਸੀ 70 ਕਰੋੜ ਰੁਪਈਆ ਸਾਲਾਨਾ ਸਾਲਾਨਾ ਹਾਂ ਤੇ ਜਿਹਦੇ ਚੋਂ 10% ਇਹਨਾਂ ਐਸਜੀਪੀਸੀ ਨੂੰ ਦੇਣਾ ਸੀ ਮਤਲਬ 7 ਕਰੋੜ ਰੁਪਏ 7 ਕਰੋੜ ਰੁਪਏ ਨਹੀਂ ਦਿੱਤਾ ਵੀ 10 ਸਾਲਾਂ ਦਾ ਜੀ 1 ਸਾਲ ਦਾ 7 ਕਰੋੜ ਲਾ ਲਈ ਤੇ 10 ਸਾਲਾਂ ਨੂੰ 70 ਕਰੋੜ ਫਿਰ ਵੀ ਐਸਜੀਪੀਸੀ ਦਾ ਬਣ ਗਿਆ ਹਾਂ ਉਹ ਦਿੱਤਾ ਨਹੀਂ ਨਹੀਂ ਦਿੱਤਾ ਅੱਛਾ ਵੇ ਅੱਛਾ ਇਹ ਇਹ ਨਹੀਂ ਦਿੱਤਾ ਫਿਰ ਇਹਨੂੰ ਉਹ ਇਹ ਸ਼ੈਤਾਨੀ ਇਹ ਕੀਤੀ ਭਈ ਨਹੀਂ ਜੀ ਉਹ ਪਹਿਲਾਂ ਜਿਹੜਾ ਐਗਰੀਮੈਂਟ ਹੋਇਆ ਉਹਦੇ 'ਚ ਤਾਂ ਹੋਰ ਹੋਇਆ ਸੀ ਇਹਦੇ 'ਚ ਕਰ ਦਿੱਤਾ ਕਿ ਜਿਹੜਾ ਇਮੀਡੀਏਟਲੀ ਜਦੋਂ ਗੁਰਬਾਣੀ ਦਾ ਪ੍ਰਸਾਰਣ ਹੁੰਦਾ ਨਾ ਇਮੀਡੀਏਟਲੀ ਪਹਿਲਾਂ ਤੇ ਇਮੀਡੀਏਟਲੀ ਆਫਟਰ ਉਹਦੀ ਜਿਹੜੀ ਐਡ ਆਏਗੀ ਨਾ ਉਹਦੀ ਪਰਸੈਂਟੇਜ ਤੁਹਾਨੂੰ ਦਵਾਂਗੇ ਇੰਨੇ ਸਮਝੌਤਿਆਂ ਦੇ ਵਿੱਚ ਵਾਰ-ਵਾਰ ਮੇਖਾਂ ਵੱਜਦੀਆਂ ਕਿਉਂਕਿ ਉਹ ਕਹਿੰਦੇ ਬਾਦਲ ਸਾਹਿਬ ਮਿਹਰਬਾਨ ਸੀ ਉਹਨਾਂ ਦੇ ਉਹ ਕਹਿੰਦੇ ਨਹੀਂ ਜੀ ਆਹ ਕਰ ਦਿਓ ਜੀ ਅੱਛਾ ਚਲੋ ਕਰ ਦਿਓ ਜੀ ਆਹ ਨਹੀਂ ਜੀ ਇੰਜ ਕਰ ਦਿਓ ਜੀ ਚਲੋ ਕਰ ਦਿਓ ਜੀ ਦੇਖੋ ਕਰਦਾ ਰਹਾ ਜੇ ਹੀ ਇਜ਼ ਅ ਕਿੰਗ ਉਸ ਬੰਦੇ ਨੂੰ ਆਪ ਇੱਕ ਬੰਦੇ ਨੂੰ ਫਾਇਦਾ ਪਹੁੰਚਾ ਲਿਆ ਪਰ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਜਾਣਾ ਉਹਦੋਂ ਨੁਕਸਾਨ ਹੋਵੇ ਪਬਲਿਕ ਨੂੰ ਨੁਕਸਾਨ ਹੋਵੇ ਸੰਤਾਂ ਨੂੰ ਨੁਕਸਾਨ ਹੋਵੇ ਸ਼ਰਧਾ ਨੂੰ ਠੇਸ ਵੱਜੇ ਇਹਨੂੰ ਕਮਰਸ਼ੀਅਲ ਅਦਾਰਾ ਬਣਾਤਾ ਇਹਨਾਂ ਨੇ ਕਮਾਈ ਦਾ ਸਾਧਨ ਪੀਟੀਸੀ ਚੈਨਲ ਵਾ ਅੱਛਾ ਫਿਰ ਹੋਰ ਅਜੀਬ ਗੱਲ ਤੁਹਾਨੂੰ ਮੈਂ ਦੱਸਦਾ ਫੇਸਬੁੱਕ ਤੇ ਦੂਜੀ ਹੈ ਨਾ ਇਹਨਾਂ ਨੇ ਵੀ ਗੁਰਬਾਣੀ ਦੀ ਕੁਛ ਜਿਹੜੀ ਹੈ ਨਾ ਉਹ ਐਡ ਦੇਣੀਆਂ ਸ਼ੁਰੂ ਕਰਤੀਆਂ ਐਸਜੀਪੀ ਨੇ ਨਹੀਂ ਫੇਸਬੁੱਕ ਤੇ ਫੇਸਬੁੱਕ ਵਾਲਿਆਂ ਨੇ ਇਹਨੇ ਰਵਿੰਦਰ ਨਾਰਾਇਣ ਜੋ ਉਸ ਵੇਲੇ ਮੈਨੇਜਿੰਗ ਡਾਇਰੈਕਟਰ ਸੀ ਇਹਨੇ ਲਿਖ ਕੇ ਉਹਨਾਂ ਨੂੰ ਦਿੱਤਾ ਵੀ ਇਹ ਸਾਡਾ ਐਕਸਕਲੂਸਿਵ ਅਧਿਕਾਰ ਆ ਸਾਡਾ ਇੱਥੇ ਗੁਰਬਾਣੀ ਦਾ ਸਾਡੀ ਮਾਲਕੀਅਤ ਹੈ ਇਹ ਤੇ ਹੋਰ ਕੋਈ ਨਹੀਂ ਇੱਥੇ ਐਡ ਦੇ ਸਕਦਾ ਸਾਡੇ ਕੋਲ ਖਰੀਦ ਲਓ ਖਰੀਦ ਲਓ ਹੁਣ ਤੁਸੀਂ ਮੈਨੂੰ ਦੱਸੋ ਜੀ ਗੁਰਬਾਣੀ ਨੂੰ ਖਰੀਦ ਸਕਦਾ ਕੋਈ ਇਹ ਮਾਲਕ ਬਣ ਗਏ ਚੈਨਲ ਵਾਲੇ ਫਿਰ ਤੁਸੀਂ ਹੋਰ ਕੋਈ ਚੈਨਲ ਵਾਲਾ ਨਹੀਂ ਆ ਸਕਦਾ ਇਹ ਔਨ ਰਿਕਾਰਡ ਹੈ ਇਹਨਾਂ ਦੀ MD ਨੇ ਲਿਖ ਕੇ ਦਿੱਤਾ ਵੀ ਕੋਈ ਨਹੀਂ ਹੋਰ ਆ ਸਕਦਾ ਸਿਰਫ ਸਾਡੇ ਕੋਲ ਅਧਿਕਾਰ ਹੈ ਸਾਰੇ ਵਰਲਡ ਦਾ ਅਧਿਕਾਰ ਸਾਡੇ ਕੋਲ ਆ ਵੀ ਅਸੀਂ ਇਹਦਾ ਚੈਨਲ ਦਾ ਸਾਰਾ ਕੁਛ ਕਰਾਂਗੇ ਇਹ ਕਿੱਡੀ ਵੱਡੀ ਗੜਬੜ ਕੀਤੀ ਅੱਛਾ ਹੁਣ ਜਿਹੜੀ ਮੋਟੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿਉਂਕਿ ਇਹ ਜਦੋਂ ਪ੍ਰਕਾਸ਼ ਸਿੰਘ ਬਾਦਲ 2007 'ਚ ਪਾਵਰ 'ਚ ਆਏ ਨਾ ਉਦੋਂ ਇਹਨਾਂ ਨੇ ਫੈਸਲਾ ਕਰ ਲਿਆ ਵੀ ਛੱਡੋ ਅਗਲੇ ਟੁਕੜੇ ਨੂੰ ਚੈਨਲ ਨੂੰ ਹੀ ਆਪਣੇ ਨਾਲ ਬਣਾ ਲਓ ਚੈਨਲ ਹੀ ਜਿਹੜਾ ਇਹਨੂੰ ਹੜੱਪ ਕਰ ਲਓ ਖਾ ਲਓ ਔਰ ਉਹਦੇ ਇਵਜ਼ ਦੇ ਵਿੱਚੋਂ ਆਹ ਜੇ ਚਾਰਟ ਇਹ ਸਾਰੀ ਸੰਗਤ ਨੂੰ ਵਿਖਾ ਦਿਓ ਜੀ ਇਸ ਇਹਦੇ ਵਿੱਚ ਕੀ ਹੈ ਕਿ ਇਹ ਜਿਹੜੀ ਹੈ ਨਾ ਆਹ ਜੀਐਕਸ ਮੀਡੀਆ ਹੈ ਇਹਦੇ ਥੱਲੇ ਪੀਟੀਸੀ ਚੈਨਲ ਹੈ ਇਹਦਾ ਜਿਹੜਾ ਅੱਗੇ ਹਿੱਸਾ ਕਿੰਨੇ ਪਰਸੈਂਟ ਜੀ 99.99% ਔਰਬਿਟ ਓਵਰਸੀਜ਼ ਸੁਖਬੀਰ ਸਿੰਘ ਬਾਦਲ ਦਾ ਹਿੱਸਾ ਹੈ ਉਹਦਾ ਔਰਬਿਟ ਰੈਸਟੋਰੈਂਟ ਡੱਬ ਵਾਲੀ ਟਰਾਂਸਪੋਰਟ ਫਾਲਕਨ ਪ੍ਰਾਈਵੇਟ ਪ੍ਰੋਪਰਟੀਜ਼ ਜਿਹਦੇ ਵਿੱਚ ਹਰਸਿਮਰਤ ਵੀ ਹੈ ਇਹਨਾਂ ਸਾਰਿਆਂ ਨੇ ਇਹਦੇ ਵਿੱਚ 99.99% ਹਿੱਸਾ ਇਹਨਾਂ ਦਾ ਇਹਨਾਂ ਕੋਲ ਤਾਂ ਹੈ ਹੀ ਕੁਛ ਨਹੀਂ ਪੀਟੀਸੀ ਦਾ ਨਾਨਾ ਅਸਲ ਦੇ ਵਿੱਚ ਪਿੱਛੇ ਤੇ ਬਾਦਲ ਨੇ ਸਾਰਾ ਜਿਹੜਾ 99% ਜਿਹੜਾ ਹਿੱਸਾ ਉਹ ਬਾਦਲਾਂ ਨੂੰ ਜਾ ਰਿਹਾ ਬਾਦਲਾਂ ਨੂੰ ਜਾ ਰਿਹਾ ਫਰਾਡ ਜਿਹੜਾ ਕਰ ਰਿਹਾ ਨਾ ਪੀਟੀਸੀ ਨਾਲ ਤੋਂ ਅੱਗੇ ਲਾਇਆ ਹੈ ਕਿੰਨਾ ਕੁ ਕਰੋੜ ਲੈ ਲੈਣਗੇ 2 ਕਰੋੜ ਤੱਕ ਤਨਖਾਹ ਲੈ ਲੇਗਾ ਮੈਨੇਜਿੰਗ ਡਾਇਰੈਕਟਰ ਬਾਕੀ ਤਾਂ ਸਾਰਾ ਹੜੱਪ ਆਹ ਮਾਲ ਕਰੀ ਜਾ ਰਹੇ ਨਾ ਮਤਲਬ ਇਹ ਕਿ ਜਿਹੜੀ SGPC ਹੈ ਉਹਦੇ ਫੰਡ ਹੈ ਉਹਦੇ ਪ੍ਰਸਾਰਣ ਤੋਂ ਜਿਹੜਾ ਆ ਰਿਹਾ ਲੋਕਾਂ ਦੀ ਸ਼ਰਧਾ ਜਿਹਦੇ ਵਿੱਚ ਜੁੜੀ ਹੈ ਜਿਹਦੇ ਕਰਕੇ ਐਡਵਰਟਾਈਜ਼ਮੈਂਟ ਆਉਂਦੀ ਹੈ ਜਿਹਦੇ ਕਰਕੇ ਕਮਾਈ ਆਉਂਦੀ ਹੈ ਉਹ ਸਾਰਾ ਇਹਨਾਂ ਦੇ ਢਿੱਲ ਵਿੱਚ ਵਾਹਿਗੁਰੂ ਵਾਹਿਗੁਰੂ ਸਾਰਾ ਕਰਕੇ ਡਕਾਰੀ ਲੈ ਤੇ ਹੁਣ ਉਹ ਭਗਵੰਤ ਮਾਨ ਤਿੜਕੇ ਨਾ ਜੀ ਇਸ ਗੱਲ ਤੋਂ ਸੱਚ ਰੋਂਦਾ ਹੈ ਕਿ ਤੁਸੀਂ ਕੀ ਕੀਤਾ ਹੈ SGPC ਨੇ ਕੀ ਕੀਤਾ ਹੈ ਜਿਹੜਾ ਪ੍ਰਸਾਰਣ ਉੱਥੋਂ ਕਰਨਾ ਸੀ ਪਹਿਲੀ ਤਾਂ ਗੱਲ ਇਹ ਭਈ ਉਹਦਾ ਤੁਸੀਂ ਟੈਂਡਰ ਹੁਣ ਇਹਨਾਂ ਨੂੰ ਉਹ ਮਰ ਗਿਆ ਨਾ ਪ੍ਰਕਾਸ਼ ਸਿੰਘ ਬਾਦਲ ਹੁਣ ਲੱਗੇ ਜੀ ਟੈਂਡਰ ਫਲੋਟ ਕਰਨ ਇਹ ਇੰਨੇ ਸਾਲ 2000 ਤੋਂ ਲੱਗ ਕੇ ਤੇ ਹੁਣ 2023 ਹੈ ਕੀ ਕਰਦੇ ਰਹੇ ਹੋ ਤੁਸੀਂ ਕਿੱਥੇ ਗਏ ਕਰੋੜਾਂ ਰੁਪਈਏ ਹੁਣ ਟੈਂਡਰ ਯਾਦ ਆ ਗਿਆ ਟੈਂਡਰ ਦੇਣ ਲੱਗੇ
टेंडर भी नहीं होने ठीक इस तरह ही होना है क्योंकि एक तरीका लगते हैं डिफ्यूज करने का कि इस वे मुख्यमंत्री ने चुक लिया चलो टेंडर अनाउंस कर दियो फिर विकी जाऊ की करना की नहीं करना मुख्यमंत्री ने ठीक जो मसला चुकया पहली तो गल है कि इसको कमर्शियल नहीं बनाना चाहिए। मैं दर्शकों तुहाडे नाल गल सांझी जरूर करना चाहना कि आ चार्ट आ जिसे मीडिया पूरे थले चैनल चलता है किसी चैनल का जो 99% हिस्सा निजी तौर पर ओरबिट रेस्टोरेंट भाव सुखबीर बादल जाता सुखबीर ट्रांसपोर्ट भी सुखबीर बादल का 33% लिखिया डब वाली ट्रांसपोर्ट का 15% लिखिया बीबी हरसिमरत कौर का 34% लिखिया ये सारे बंदे घर के ने किसी नू एक ना वरत्या गया डमी तौर पर मगर कौन काम कर रहा है किहड़े लोगों नू हिस्सा जा रहा है कमाई किन्हां नू जा रही है और वेखो हरियाणी वाली गल आ कि जे कोई गुरु घर कोई जाता है तो बड़ी श्रद्धा भावना के नाल उत्थे देख करवाउंदा है अरदासा करवाउंदा है तो गोलक च मत्था टेकदा पर यह गोलक का पैसा हड़प के अपने घर लेके आते रहे वाया पीसी थ्रू जाता किनू रहा सुखबीर बादल ये लगभग 23 साल का समा बनता है हाँ जी वेखो ते एक साल दे विच 70 करोड़ की एडवरटाइजमेंट आती है हाँ जी जिदा 10% हिस्सा जाना चाहिए सी एस जी पी सी ने देखो दिता गया जा नहीं दिता गया आप आगे गल करते हैं कैलकुलेशन की हुई है जी इन्होंने रिपोर्ट दे विच ही कैलकुलेशन किन्ने किन्ने उन्होंने कहा जी के जेड़ा ना ए 2,59,37,825 जी ए जेड़ा ना ए घटा पिया इन्हां दे करके जेड़े डेटा दित्तियां एदे करके एदे करके एदे करके जानकारी आ ना होण करके जी ते जेड़ा दित्ता इन्हां देना सी दित्ता इन्हां 1,45,10,000 2015 करोड़ रुपया कोई पैसा नहीं कोई नहीं दिता और बगैर परमिशन दे ਇਹਨਾਂ ਕੋਲ ਪਰਮਿਸ਼ਨ ਨਹੀਂ ਸੀ ਨਾ ਗਵਰਨਮੈਂਟ ਆਫ ਇੰਡੀਆ ਦੀ ਸੀ ਤੇ ਨਾ ਹੀ ਇਹਨਾਂ ਨੂੰ ਐਸਜੀਪੀਸੀ ਦੀ ਧੱਕੇ ਦੇ ਨਾਲ ਹੀ ਕਬਜ਼ਾ ਕਰ ਲਿਆ ਤੇ ਉਸ ਤੋਂ ਬਾਅਦ ਕਬਜ਼ਾ ਚੱਲਦਾ ਹੀ ਰਿਹਾ ਕਿਉਂਕਿ ਇਹਨਾਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਇਹਨਾਂ ਦਾ ਕਬਜ਼ਾ ਸੀ ਇਹਨਾਂ ਨੂੰ ਫਿਰ ਕੌਣ ਪੁੱਛਦਾ ਤੇ ਕੌਣ ਦੱਸਣ ਵਾਲਾ ਇੰਨੀ ਨੇਰ ਗਰਦੀ ਐਸਜੀਪੀਸੀ ਦੇ ਵਿੱਚ ਹੋਈ ਹੈ ਤੇ ਮੈਂ ਤਾਂ ਮੁਬਾਰਕਬਾਦ ਦਿੰਦਾ ਜੀ ਭਗਵੰਤ ਮਾਨ ਇਹ ਮੁੱਦਾ ਉਹਨਾਂ ਨੇ ਬਹੁਤ ਵੱਡਾ ਚੁੱਕਿਆ ਸਿੱਖਾਂ ਦੇ ਵਾਸਤੇ ਬੜੀ ਸ਼ਰਮਨਾਕ ਗੱਲ ਹੈ ਬੜੇ ਘਾਟੇ ਵਾਲੀ ਗੱਲ ਹੈ ਕਿ ਸਾਡੀ ਐਸਜੀਪੀਸੀ ਹੋਵੇ ਸਾਡਾ ਪ੍ਰਬੰਧ ਹੋਵੇ ਗੁਰਦੁਆਰਿਆਂ ਦਾ ਸਾਡੇ ਜਿਹੜਾ ਮੱਥਾ ਟੇਕਿਆ ਗੋਲਕਾਂ ਦੇ ਵਿੱਚ ਉਹਦੇ ਵਿੱਚ ਇਕੱਠਾ ਹੋਵੇ ਤੇ ਇਸ ਤਰ੍ਹਾਂ ਇਹ ਪ੍ਰਾਈਵੇਟ ਬੰਦੇ ਜਿਹੜੇ ਸੁਖਬੀਰ ਐਂਡ ਕੰਪਨੀ ਇਹਨਾਂ ਦੇ ਪੇਟ ਵਿੱਚ ਜਾਵੇ ਜੀ ਬਿਲਕੁਲ ਮੈਂ ਹੱਥ ਜੋੜ ਕੇ ਕਿਸੇ ਨੂੰ ਠੇਸ ਪਹੁੰਚੀ ਹੋਵੇ ਤੇ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ ਕਿ ਸਾਡਾ ਕਟਾਸ਼ ਕਰਨਾ ਕਿਸੇ ਕਿਸਮ ਦਾ ਨਹੀਂ ਗਾ ਨਾ ਤੇ ਅਸੀਂ ਐਸਜੀਪੀਸੀ ਨੂੰ ਟਾਰਗੇਟ ਕਰਦੇ ਹਾਂ ਨਾ ਕਿਸੇ ਹੋਰ ਨੂੰ ਹਾਂ ਐਸਜੀਪੀਸੀ ਦੇ ਜਿਹੜੇ ਉਸ ਵਕਤ ਦੇ ਨੁਮਾਇੰਦੇ ਸਨ 2002 ਵਿੱਚ ਹੁਣ 2023 ਆ ਗਈ ਕਿੰਨਾ ਵੱਡਾ ਫਾਇਦਾ ਅਸੀਂ ਚੈਨਲ ਨੂੰ ਦੇ ਕੇ ਲੈ ਸਕਦੇ ਸੀ ਉਹ ਨਹੀਂ ਲਿਆ ਗਿਆ ਉਹਦਾ ਕੌਣ ਦੋਸ਼ੀ ਨੇ ਉਹਨਾਂ ਨੂੰ ਕੌਣ ਪੁੱਛੇਗਾ ਔਰ ਜਿਹੜਾ ਸਾਡੇ ਗੁਰੂ ਘਰ ਮਾਇਆ ਆਣੀ ਸੀ ਉਸ ਮਾਇਆ ਦੇ ਨਾਲ ਅਸੀਂ ਅਦਾਰੇ ਚਲਾ ਸਕਦੇ ਸੀ ਅੱਜ ਗੁਰੂ ਰਾਮਦਾਸ ਕਾਲਜ ਦਾ ਕੀ ਹਾਲ ਆ ਗੁਰੂ ਰਾਮਦਾਸ ਜਿਹੜਾ ਆਪਣਾ ਹੋਸਪਿਟਲ ਆ ਅੰਮ੍ਰਿਤਸਰ ਦੀ ਧਰਤੀ ਤੇ ਉੱਥੇ ਫ੍ਰੀ ਇਲਾਜ ਵੀ ਕੀਤੇ ਜਾ ਸਕਦੇ ਐਜੂਕੇਸ਼ਨ ਦਾ ਕੋਈ ਐਜੂਕੇਸ਼ਨ ਦਾ ਕੋਈ ਪ੍ਰਾਪਰਟੀ ਜਿਹੜੀਆਂ ਐਸਜੀਪੀਸੀ ਦੀਆਂ ਉਹ ਉਹਨਾਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਹਸਪਤਾਲ ਜਿਹੜੇ ਉਹਨਾਂ ਨੂੰ ਬਰਬਾਦ ਕੀਤਾ ਮਤਲਬ ਜਿੱਥੇ ਖਰਚਾ ਕਰਨ ਵਾਲੀ ਗੱਲ ਆ ਨਾ ਉੱਥੇ ਖਰਚਾ ਕੀਤਾ ਹੀ ਨਹੀਂ ਦੁੱਖ ਤੇ ਸਾਨੂੰ ਅਸੀਂ ਕਿਸੇ ਦਾ ਕਟਾਸ਼ ਨਹੀਂ ਕਰਦੇ ਮੈਂ ਕਿਸੇ ਦਾ ਅਗੇਂਸਟ ਨਹੀਂ ਨਾ ਹੀ ਪ੍ਰਧਾਨ ਦੇ ਪਰਸਨਲੀ ਆ ਨਾ ਹੀ ਅਸੀਂ ਸ਼ਖਸੀਅਤ ਦੇ ਚਲੋ ਧਾਮੀ ਸਾਹਿਬ ਤੇ ਅੱਜ ਆਏ ਨੇ ਆਹੋ ਇਹ ਤੋਂ ਪਹਿਲਾਂ ਵੀ ਜਿਹੜੇ ਪ੍ਰਧਾਨਾਂ ਨੇ ਗਲਤੀਆਂ ਕੀਤੀਆਂ ਕਿ ਉਹਨਾਂ ਨੂੰ ਵੀ ਕਟਹਿਰੇ 'ਚ ਖੜੇ ਕਰਾਂਗੇ ਉਹ ਲੋਕ ਵੀ ਕਿਵੇਂ ਇਹਨਾਂ ਨਾਲ ਰਲ ਕੇ ਇੱਕ ਨਿੱਜੀ ਘਰ ਨੂੰ ਫਾਇਦਾ ਦਿੰਦੇ ਰਹੇ ਨੇ ਔਰ ਪੀਟੀਸੀ ਵਾਇਆ ਸੁਖਬੀਰ ਬਾਦਲ ਤੇ ਉਹ ਸੁਖਬੀਰ ਬਾਦਲ ਦਾ 99% ਹਿੱਸਾ ਪੀਟੀਸੀ ਦੇ ਵਿੱਚ ਆ ਤੇ ਸਿੱਧੇ ਤੌਰ ਤੇ ਸਾਰਾ ਚੈਨਲ ਹੀ ਉਹਨਾਂ ਦਾ ਹੋ ਗਿਆ ਤੇ ਜਦੋਂ ਚੈਨਲ ਉਹਨਾਂ ਦਾ ਤੇ ਫਿਰ ਜਵਾਬਦੇ ਵੀ ਉਹ ਨੇ ਸੋ
ਅਸੀਂ ਚਾਹਾਂਗੇ ਕਿ ਇਹ ਡਿਬੇਟ ਨੂੰ ਅੱਗੇ ਲੈ ਕੇ। ਸਾਨੂੰ ਇਸ ਗੱਲ ਦਾ ਬੜਾ ਦੁੱਖ ਹੈ ਜੀ, ਮੈਂ ਤੇ ਦੁਖੀ ਹਿਰਦੇ ਨਾਲ ਬੋਲਦਾ, ਮੈਂ ਕਿਸੇ ਨੂੰ ਡੀਫੇਮ ਨਹੀਂ ਕਰਨਾ ਚਾਹੁੰਦਾ ਜੀ, ਬਿਲਕੁਲ ਡੈਫਲੇਮੇਸ਼ਨ ਨਹੀਂ ਕਿਸੇ ਦੇ ਖਿਲਾਫ, ਮੈਨੂੰ ਦੁੱਖ ਇਸ ਗੱਲ ਦਾ ਕਿ ਪੰਥ ਨੂੰ ਰਗੜਾ ਲੱਗਾ ਜੀ। ਬਿਲਕੁਲ ਸਾਡਾ ਜਿਹੜਾ ਅਸੀਂ ਗੋਲਕ ਦੇ ਵਿੱਚ ਪੈਸਾ ਦਿੰਦੇ ਹਾਂ ਨਾ ਸ਼ਰਧਾ ਦੇ ਨਾਲ ਜੀ, ਉਹ ਮਿਸ ਯੂਟੀਲਾਈਜ਼ ਹੋ ਰਿਹਾ ਜੀ। ਬਿਲਕੁਲ ਇਹ ਸਹੀ ਤਰੀਕੇ ਨਾਲ ਇਹਦਾ ਯੂਟੀਲਾਈਜ਼ੇਸ਼ਨ ਹੋ ਰਿਹਾ। ਬਿਲਕੁਲ ਜੀ, ਦਰਸ਼ਕੋ ਸਾਡਾ ਸਿਰਫ ਮਕਸਦ ਇਹ ਨਾ ਵਾ ਕਿ ਅੱਜ ਫਿਰ ਇੱਕ ਮਸਲਾ ਪੀਟੀਸੀ ਚੈਨਲ ਨੂੰ ਲੈ ਕੇ ਉੱਠਿਆ, ਅਸੀਂ ਚਾਹੁੰਦੇ ਹਾਂ ਕਿ ਉਹ ਜਿਹੜਾ ਮਸਲਾ ਉਹ ਸੰਗਤ ਨੂੰ ਵੀ ਪੂਰਾ ਕਲੈਰੀਫਿਕੇਸ਼ਨ ਕਰ ਦਈਏ, ਸੰਗਤ ਨੂੰ ਵੀ ਦੱਸੀਏ ਕਿ ਅਸਲ ਮਸਲਾ ਆ ਆ। ਅਸੀਂ ਜ਼ਰੂਰੀ ਨਹੀਂ ਕਿ ਹਰ ਵਾਰ ਸਰਕਾਰ ਨੂੰ ਨਿੰਦੇ ਰਹੀਏ ਵੀ ਸਰਕਾਰ ਨੇ ਗਲਤ ਫੈਸਲੇ ਲਏ ਨੇ, ਜਿਹੜਾ ਚੰਗਾ ਫੈਸਲਾ ਲੈਂਦੀ ਹੈ ਉਹਦੇ ਨਾਲ ਖੜਨਾ ਬਣਦਾ ਵੀ ਹੈ। ਸੋ ਜੁੜੇ ਰਹੋ ਅਕਾਲ ਚੈਨਲ ਦੇ ਨਾਲ, ਅੱਗੇ ਇਸ ਡਿਬੇਟ ਨੂੰ ਲੈ ਕੇ ਚੱਲਾਂਗੇ, ਕੀ ਕੁਝ ਹੁੰਦਾ ਰਿਹਾ, ਬਹੁਤ ਕੁਝ ਇਹਦੇ ਵਿੱਚੋਂ ਲੱਭਾਂਗੇ। ਔਰ ਮੈਂ ਰਿਪੋਰਟ ਜੇ ਕਿਸੇ ਲੈਣੀ ਚਾਹੇ ਤਾਂ ਲੈ ਸਕਦੇ, ਅਖੀਰੇ ਜਨਤਕ ਤੌਰ ਤੇ ਮੈਂ ਤੁਹਾਨੂੰ ਰਿਪੋਰਟ ਦਾ ਵਿਖਾ ਦੇਣਾ, ਕਾਪੀ ਲੈਣੀ ਚਾਹੇ ਤਾਂ ਮੰਗ ਲੈ ਸਕਦਾ। ਸੰਗਤ ਵੱਲੋਂ 17 ਜਨਵਰੀ 2020 ਨੂੰ ਕਾਇਮ ਕੀਤਾ ਗਿਆ ਜਾਂਚ ਜਥਾ, ਉਹਦੇ ਵੱਲੋਂ ਰਿਪੋਰਟ ਜਾਰੀ ਕੀਤੀ ਗਈ ਹੈ ਤੇ ਛਪੀ ਹੋਈ ਹੈ ਜੀ। ਇਹ ਰਿਪੋਰਟ ਜੇ ਕੋਈ ਲੈਣਾ ਵੀ ਚਾਹੁੰਦਾ ਹੋਵੇ ਤੇ ਕਿਹਨਾਂ ਵੱਲੋਂ ਹੈ ਜੀ ਛਪੀ? ਇਹਨਾਂ ਵੱਲੋਂ ਜੀ, ਕੇਂਦਰੀ ਹਾਂ ਜੀ, ਛਪਾਈ ਦੀ ਸੇਵਾ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਗੁਰੂ ਗ੍ਰੰਥ ਸਾਹਿਬ ਭਵਨ ਪਲਾਟ ਨੰਬਰ 1 ਤੇ ਸੈਕਟਰ 28 ਚੰਡੀਗੜ੍ਹ, ਸ੍ਰੀ ਗੁਰੂ ਗ੍ਰੰਥ ਉੱਥੋਂ ਮਿਲ ਸਕਦੀ ਹੈ, ਗੁਰੂ ਗ੍ਰੰਥ ਸਾਹਿਬ ਭਵਨ ਚੰਡੀਗੜ੍ਹ ਵਿੱਚ 28 ਸੈਕਟਰ 'ਚ ਉਹਨਾਂ ਵੱਲੋਂ ਛਪਾਈ ਗਈ ਹੈ। ਔਰ ਇੱਕ ਕੱਚਾ ਚਿੱਠਾ ਕਿਸੇ ਦਾ ਜ਼ਰੂਰ ਲੈ ਕੇ ਪੜਿਓ, ਤੁਹਾਨੂੰ ਵੀ ਹੋ ਸਕਦਾ ਹੈ ਕਿ ਇਹਦੇ ਵਿੱਚੋਂ ਕੁਝ ਗੱਲਾਂ ਨਵੀਆਂ ਸਮਝ ਲੱਗਣ, ਤੇ ਹੋਰ ਵੀ ਜਿਹੜਾ ਵੀਰ ਇਸ ਮਸਲੇ ਤੇ ਜ਼ਿਆਦਾ ਜਾਣਕਾਰੀ ਰੱਖਦਾ ਹੋਵੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਜੁੜੇ ਰਹੋ ਅਕਾਲ ਚੈਨਲ ਦੇ ਨਾਲ। ਫਿਰ ਅਖੀਰ ਤੁਹਾਡੇ ਨਾਲ ਕਰਦੀ ਹੈ ਕਿ SGPC ਨੂੰ ਅਸੀਂ ਕ੍ਰਿਟੀਸਾਈਜ਼ ਨਹੀਂ ਕਰਨਾ ਚਾਹੁੰਦੇ, ਉਹ ਸਾਡੀ ਆਪਣੀ ਸੰਸਥਾ ਹੈ, ਸਾਡੀ ਜਾਨ ਆ, ਸਾਡੇ ਪੁਰਖਿਆਂ ਦੀ ਸਿਰਜੀ ਹੋਈ ਸੰਸਥਾ ਹੈ, ਉਹਦੇ ਖਿਲਾਫ ਨਹੀਂ। ਪਰ ਜਿਹੜੇ ਲੋਕ ਉਸ ਅਹੁਦੇ ਤੇ ਬੈਠ ਕੇ ਇਹੋ ਜਿਹੀ ਗਲਤ ਕੰਮ ਕਰਦੇ ਨੇ, ਉਹਨਾਂ ਨੂੰ ਜ਼ਰੂਰ ਕਿਤੇ ਨਾ ਕਿਤੇ ਕਟਹਿਰੇ 'ਚ ਖੜਨਾ ਪੈਂਦਾ ਹੈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।